ਅਸਲਾਮ ਵਾਲੇਕਮ ਦੋਸਤੋ, ਸਵਾਗਤ ਹੈ ਤੁਹਾਡਾ ਫਕੀਰੀ ਰੰਗ ਚੈਨਲ ਦੇ ਵਿੱਚ। ਇੱਕ ਵਾਰੀ ਫਿਰ ਹਾਜ਼ਰ ਹਾਂ ਜੀ ਆਪ ਜੀ ਦੀ ਖਿਦਮਤ ਦੇ ਵਿੱਚ ਇੱਕ ਨਵਾਂ ਵਾਕਿਆ ਲੈ ਕੇ। ਅੱਜ ਦਾ ਜੋ ਵਾਕਿਆ ਆਪ ਜੀ ਨਾਲ ਸਾਂਝਾ ਕਰਾਂਗੇ ਉਹਨਾਂ ਸਭ ਦੋਸਤਾਂ ਲਈ ਹੈ ਜੋ ਉਸ ਮਾਲਕ ਨੂੰ ਮੰਨਦੇ ਹਨ ਤੇ ਉਹਨਾਂ ਦੋਸਤਾਂ ਲਈ ਵੀ ਜੋ ਉਸ ਮਾਲਕ ਨੂੰ ਨਹੀਂ ਮੰਨਦੇ। ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਉਹੀ ਦਰਖਤ ਵੱਢਿਆ ਜਾਂਦਾ ਜੋ ਉਸ ਮਾਲਕ ਦੇ ਉਸ ਅੱਲਾਹ ਦੇ ਨਾਂ ਤੋਂ ਗਾਫਿਲ ਹੋ ਜਾਂਦਾ, ਉਹਨਾਂ ਦੇ ਨਾਂ ਨੂੰ ਭੁੱਲ ਜਾਂਦਾ। ਉਹੀ ਪੰਛੀ ਪਿੰਜਰੇ ਦੇ ਵਿੱਚ ਕੈਦ ਹੁੰਦਾ ਜਿਹੜਾ ਮਾਲਕ ਦੇ ਨਾਮ ਤੋਂ ਬੇਮੁਖ ਹੋ ਜਾਂਦਾ, ਨਾਮ ਲੈਣਾ ਛੱਡ ਦਿੰਦਾ। ਉਹ ਇਨਸਾਨ ਬੇਘਰ ਹੁੰਦਾ, ਘਰ ਤੋਂ ਬੇਘਰ ਉਹੀ ਇਨਸਾਨ ਹੁੰਦਾ ਜਿਹੜਾ ਉਸ ਮਾਲਕ ਦੇ ਨਾਮ ਨੂੰ ਲੈਣਾ ਛੱਡ ਦਿੰਦਾ, ਯਾਦ ਕਰਨਾ ਛੱਡ ਦਿੰਦਾ, ਉਸ ਦਾਤਾ ਦਾ ਜ਼ਿਕਰਬੰਦਗੀ ਕਰਨੀ, ਇਬਾਦਤ ਕਰਨੀ ਛੱਡ ਦਿੰਦਾ। ਉਹੀ ਮਛਲੀਆਂ ਫੜੀਆਂ ਜਾਂਦੀਆਂ ਨੇ ਜਿਹੜੀਆਂ ਉਸ ਦਾਤਾ ਦੇ ਨਾਮ ਤੋਂ ਗਾਫਿਲ ਹੋ ਜਾਂਦੀਆਂ ਨੇ। ਤੋ ਗੱਲ ਕਿੱਥੇ ਮੁੱਕਦੀ ਹੈ ਕਿ ਜੋ ਉਸ ਮਾਲਕ ਦਾ ਜਿਗਰ ਬੰਦਗੀ ਇਬਾਦਤ ਕਰਨੀ ਛੱਡ ਦਿੰਦਾ ਉਹ ਦੁਨਿਆਵੀ ਚੱਕਰਾਂ ਦੇ ਵਿੱਚ ਉਹੀ ਮੁਸੀਬਤਾਂ ਦੇ ਵਿੱਚ ਫਸਦਾ। ਇੱਕ ਛੋਟਾ ਜਿਹਾ ਕਿੱਸਾ ਆਪ ਜੀ ਨਾਲ ਸਾਂਝਾ ਕਰਾਂਗਾ। ਕਹਿੰਦੇ ਨੇ ਇੱਕ ਵਾਰੀ ਇੱਕ ਫਕੀਰ ਉਹ ਰੱਬ ਨੂੰ ਉਹ ਮਾਲਕ ਦਾ ਜਿਗਰ ਬੰਦਗੀ ਇਬਾਦਤ ਕਰਨ ਵਾਲੇ ਉਹ ਫਕੀਰ ਜੋ ਕਿ ਆਪਣੀ ਬੇਟੀ ਨੂੰ ਇਹ ਗੱਲਾਂ ਰੋਜ਼ ਦੱਸਦੇ ਸੀਗੇ ਕਿ ਉਸ ਮਾਲਕ ਤੋਂ ਬੇਮੁੱਖ ਹੋਣ ਵਾਲੇ ਦੇ ਨਾਲ ਕੀ ਹੁੰਦਾ। ਫਿਰ ਇੱਕ ਦਿਨ ਕੀ ਹੋਇਆ ਕਿ ਉਹ ਦੋਨੋਂ ਕਿਸ਼ਤੀ ਦੇ ਵਿੱਚ ਬੈਠੇ ਤੇ ਮਛਲੀ ਫੜਨ ਦੇ ਲਈ ਚਲੇ ਗਏ। ਤੇ ਜਦੋਂ ਉਹ ਮਛਲੀਆਂ ਫੜਦੇ ਨੇ ਉਹ ਬਜ਼ੁਰਗ ਕਰਦੇ ਆ, ਮਛਲੀ ਫੜਦੇ ਆ, ਆਪਣੀ ਬੇਟੀ ਨੂੰ ਫੜਾ ਦਿੰਦੇ ਆ ਕਿ ਛਾਪੜ ਦੇ ਵਿੱਚ ਪਾ ਲੈ। ਫਿਰ ਹੋਰ ਮੱਛੀ ਫੜਦੇ ਆ, ਬੇਟੀ ਨੂੰ ਫੜਾ ਦਿੰਦੇ। ਤਾਂ ਕਰਦੇ ਕਰਦੇ ਕਾਫੀ ਸਮਾਂ ਹੋ ਗਿਆ ਤੇ ਜਦੋਂ ਮੱਛੀਆਂ ਫੜਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਤੇ ਉਹ ਬਜ਼ੁਰਗ ਨੇ ਸੋਚਿਆ ਕਿ ਹੁਣ ਤਾਂ ਵਾਹਵਾ ਮੱਛੀਆਂ ਹੋ ਗਈਆਂ ਹੋਣਗੀਆਂ ਛਾਪੜ ਦੇ ਵਿੱਚ। ਤੇ ਜਦ ਦੇਖਿਆ ਕਿ ਛਾਪੜ ਦੇ ਵਿੱਚ ਕੁਝ ਵੀ ਨਹੀਂ, ਇੱਕ ਵੀ ਮੱਛੀ ਨਹੀਂ। ਤੇ ਉਹ ਬੇਟੀ ਕੀ ਕਰਦੀ ਹੈ ਕਿ ਮੱਛੀ ਫੜਦੀ ਹੈ। ਜਦੋਂ ਉਹ ਫਕੀਰ ਮੱਛੀ ਫੜ ਕੇ ਆਪਣੀ ਬੇਟੀ ਨੂੰ ਫੜਾਉਂਦੇ ਹਨ ਤੇ ਉਹ ਫੜ ਕੇ ਫਿਰ ਪਾਣੀ ਵਿੱਚ ਛੱਡ ਦਿੰਦੀ ਹੈ। ਫੜਾਉਂਦਿਆਂ ਫੜ ਕੇ ਫਿਰ ਪਾਣੀ ਵਿੱਚ ਛੱਡ ਦਿੰਦੀ ਹੈ। ਤੇ ਬਾਪ ਨੇ ਪੁੱਛਿਆ ਕਿ ਬੇਟੀ ਨੂੰ ਕਿ ਮੱਛੀਆਂ ਕਿੱਥੇ ਗਈਆਂ? ਕਹਿੰਦੇ ਅੱਬਾ ਮੈਂ ਤਾਂ ਸਾਰੀਆਂ ਪਾਣੀ ਵਿੱਚ ਫਿਰ ਛੱਡਤੀਆਂ। ਕਹਿੰਦੇ ਕਿਉਂ, ਪਾਣੀ ਵਿੱਚ ਕਿਉਂ ਛੱਡਤੀਆਂ? ਕਹਿੰਦੇ ਅੱਬਾ ਆਪ ਵੀ ਤਾਂ ਤੁਸੀਂ ਕਹਿੰਦੇ ਆ ਕਿ ਇਹ ਉਹ ਮੱਛੀਆਂ ਫੜ ਹੁੰਦੀਆਂ ਜਿਹੜੀਆਂ ਅੱਲਾ ਦੇ ਨਾਂ ਤੋਂ ਬੇਮੁੱਖ ਹੋ ਜਾਂਦੀਆਂ, ਜਿਹੜੀਆਂ ਗਾਫਲ ਹੋ ਜਾਂਦੀਆਂ, ਤੇ ਅਸੀਂ ਨੀ ਗਾਫਲ ਮੱਛੀਆਂ ਖਾਣੀਆਂ। ਕਿਤੇ ਇਹ ਨਾ ਹੋਵੇ ਕਿ ਅਸੀਂ ਗਾਫਲ ਮੱਛੀਆਂ ਖਾਈਏ ਤੇ ਅਸੀਂ ਵੀ ਗਾਫਲ ਬਣ ਜਾਈਏ, ਅਸੀਂ ਵੀ ਉਸ ਅੱਲਾ ਦੇ ਨਾਂ ਤੋਂ ਬੇਮੁੱਖ ਹੋ ਜਾਈਏ। ਤੇ ਉਹ ਫਕੀਰ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਕਿ ਮੇਰੀ ਬੇਟੀ ਇੰਨੀ ਸੋਝਵਾਨ ਹੋਵੇ ਕਿ ਗਾਫਲ ਮੱਛੀਆਂ ਨਹੀਂ ਖਾਣੀਆਂ। ਸੋ ਕਦੀ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮੁਸੀਬਤ ਆ ਜਾਵੇ, ਗਾਫਲ ਨਹੀਂ ਬਣਨਾ, ਕਦੀ ਵੀ ਉਸ ਦਾਤਾ ਤੋਂ ਬੇਮੁੱਖ ਨਹੀਂ ਹੋਣਾ। ਦੁਆ ਕਰਨੀ ਹੈ, ਫਰਿਆਦ ਕਰਨੀ ਹੈ, ਉਸਨੂੰ ਦੱਸਣਾ ਹੈ, ਉਹ ਜ਼ਰੂਰ ਸੁਣਦਾ ਹੈ। ਉਹ ਮਾਲਿਕ ਸਭ ਨੂੰ ਪਿਆਰ ਕਰਨ ਵਾਲਾ ਹੈ। ਇੱਕ ਮਾਂ ਪਿਆਰ ਕਰਦੀ ਤੇ ਕਿੰਨੀ ਹੱਦ ਲਾ ਦਿੰਦੀ, ਉਹ 70 ਮਾਵਾਂ ਤੋਂ ਵੱਧ ਪਿਆਰ ਕਰਨ ਵਾਲਾ ਕਦੇ ਵੀ ਆਪਣੇ ਬੱਚਿਆਂ ਨੂੰ ਆਪਣੇ ਤੋਂ ਦੂਰ ਨਹੀਂ ਕਰਦਾ। ਜੇ ਬੱਚਾ ਬੇਮੁੱਖ ਨਾ ਹੋਵੇ ਤਾਂ ਆਸ ਕਰਾਂਗਾ ਕਿ ਅੱਜ ਦਾ ਕਿੱਸਾ ਆਪ ਜੀ ਨੂੰ ਪਸੰਦ ਆਵੇਗਾ। ਜਲਦ ਹਾਜ਼ਰ ਹੋਵੇਗਾ ਇੱਕ ਨਵੇਂ ਕਿੱਸੇ ਦੇ ਨਾਲ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।